ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਾਂਗੇ ਜਿਹੜਾ ਪਿਛਲੇ 10 ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਜਸਪ੍ਰੀਤ ਦੀ ਜਿੱਥੇ ਕਿ ਸੰਗਤਾਂ ਨੂੰ ਅਸੀਂ ਜਾਗਰੂਕ ਕਰਨ ਵਾਸਤੇ ਇੱਕ ਇੱਕ ਪਲ ਦੀ ਕੋਸ਼ਿਸ਼ ਕਰਦੇ ਆਂ ਕੌਮ ਦੀ ਐਕਟੀਵਿਟੀ ਕੌਮ ਦੇ ਉੱਤੇ ਚੱਲਦੀਆਂ ਹੋਈਆਂ ਗੱਲਾਂ ਨੂੰ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਵੀਡੀਓ ਬਣਾਉਂਦੇ ਆਂ ਉੱਥੇ ਹੀ ਇੱਕ ਪਿਛਲੇ 10 ਦਿਨਾਂ ਤੋਂ ਲਗਾਤਾਰ ਜਿਹੜਾ 10 ਸਾਲਾਂ ਦਾ ਬੱਚਾ ਜਸਪ੍ਰੀਤ ਦੀ ਚਰਚਾ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਈ ਲੋਕਾਂ ਦੇ ਕਈ ਤਰ੍ਹਾਂ ਦੇ ਮੈਸੇਜ ਆਉਂਦੇ ਨੇ ਕਈਆਂ ਦੇ ਚੰਗੇ ਵੀ ਆਉਂਦੇ ਨੇ ਕਈਆਂ ਦੇ ਮਾੜੇ ਵੀ ਆਉਂਦੇ ਨੇ ਮਗਰ ਅਫਸੋਸ ਉਸ ਗੱਲ ਦਾ ਹੁੰਦਾ ਹੈ ਕਿ ਜਿਹੜੇ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਘਰ ਬੈਠੇ ਹੀ 네ਗੇਟਿਵ ਮੈਸੇਜ ਲਿਖਣਾ ਸ਼ੁਰੂ ਕਰ ਦਿੰਦੇ ਨੇ ਨਾ ਕੁਝ ਸੋਚੇ ਨਾ ਕੁਝ ਸਮਝੇ ਸਿਰਫ ਜਿੰਨਾਂ ਦਾ ਕੰਮ ਹੈ ਦੂਸਰਿਆਂ ਦੀਆਂ ਲੱਤਾਂ ਖਿੱਚਨੀਆਂ ਉਪਰਾਲਾ ਆਪਣਾ ਸਮਾਂ ਖਰਾਬ ਕਰਨਾ ਸਮਾ ਖਰਾਬ ਕਰਕੇ ਨਹੀਂ ਦੂਰ ਜਾਣਾ ਇੱਕ ਮਾਂ ਨੂੰ ਇੱਕ ਬੱਚਿਆਂ ਦੇ ਨਾਲ ਮਲਾਨਾ ਬੜਾ ਆਸਾਨ ਹੈ ਕਿ ਇੱਕ ਤਰਫਾ ਗੱਲ ਸੁਣਨ ਤੋਂ ਬਾਅਦ ਉਸ ਮਾਂ ਦੇ ਬਾਰੇ ਕੂੜ ਪ੍ਰਚਾਰ ਕਰਨਾ ਹਰ ਮੀਡੀਆ ਵਾਲੇ ਨੇ ਹਰ ਯੂਟਿਊਬਰ ਨੇ ਕੋਸ਼ਿਸ਼ ਕੀਤੀ ਉਸ ਕੂੜ ਪ੍ਰਚਾਰ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰਨ ਦੀ ਉਸ ਤੋਂ ਸਭ ਤੋਂ ਵੱਡੀ ਨਾਸਮਜੀ ਉਸ ਵਖਤ ਆਂਦੀ ਏ ਜਦੋਂ ਹਰ ਕੋਈ ਬੰਦਾ ਬਿਨਾਂ ਸੋਚੇ ਸਮਝੇ ਭਾਵਕ ਹੋ ਕੇ ਉਸ ਮਾਸੂਮ ਬੱਚੇ ਦਾ ਚਿਹਰਾ ਦੇਖ ਕੇ ਉਸ ਵੀਡੀਓ ਨੂੰ ਵਾਇਰਲ ਕਰਦਾ ਗਿਆ ਕੂੜ ਦਾ ਪ੍ਰਚਾਰ ਜਿਆਦਾ ਜਲਦੀ ਹੁੰਦਾ ਮਗਰ ਸਚਾਈ ਸਾਹਮਣੇ ਲਿਆਨੀ ਸੰਗਤਾਂ ਨੂੰ ਦੱਸਨੀ ਇਹ ਸਭ ਤੋਂ ਵੱਡਾ ਮੈਂ ਸਮਝਦਾ ਕੋਸ਼ਿਸ਼ ਹੀ ਨਿਮਾਣੀ ਜੀ ਜਿਹੜੀ ਜਿੰਨੇ ਆਪਣਾ ਰੰਗ ਵੀ ਦਿਖਾਇਆ ਕੋਈ ਵੀ ਮਾਂ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਤਰ੍ਹਾਂ ਨਹੀਂ ਜਾ ਸਕਦੀ ਬਹੁਤ ਘਟ ਮੰਨਣ ਵਾਲੀ ਗੱਲ ਹਰ ਮਾਂ ਨੇ ਹਰ ਬੰਦੇ ਨੇ ਸੋਚਿਆ ਕਿ ਕਿਸ ਤਰ੍ਹਾਂ ਦੀ ਮਾਂ ਹੋਵੇਗੀ ਜਿਹੜਾ ਬੱਚਿਆਂ ਨੂੰ ਛੱਡ ਗਈ ਲੇਕਿਨ ਅਸਲੀਅਤ ਅਸੀਂ ਸੰਗਤਾਂ ਦੇ ਸਾਹਮਣੇ ਲਿਆਂਦੀ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਸਾਡੀ ਟੀਮ ਵੱਲੋਂ ਅਸੀਂ ਗਏ ਰਾਜਪੁਰੇ ਜਾ ਕੇ ਪੂਰੀ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਤੇ ਪਈਏ ਸਾਡੇ ਚੈਨਲ ਤੇ ਉਹ ਵੇਖੀ ਜਾ ਸਕਦੀ ਹੈ ਉਸ ਤੋਂ ਬਾਅਦ ਫੈਮਿਲੀ ਦਾ ਪੈਚ ਅਪ ਕਰਾਉਣ ਵਾਸਤੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਅਲੱਗ-ਅਲੱਗ ਬਿਠਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਮਾਂ ਨੂੰ ਰਾਜਪੁਰੇ ਤੋਂ ਦਿੱਲੀ ਬੁਲਾ ਕੇ ਉਹਦੇ ਰਹਿਣ ਦਾ ਇੰਤਜ਼ਾਮ ਕਰਕੇ ਉਸ ਤੋਂ ਬਾਅਦ ਪੈਚ ਅਪ ਕਰਵਾ ਦਿੱਤਾ ਗਿਆ ਸੰਗਤ ਜੀ ਇਹ ਉਪਰਾਲੇ ਨੇ ਜਿਹੜੇ ਉਪਰਾਲੇ ਬਹੁਤ ਘੱਟ ਕੋਸ਼ਿਸ਼ ਕੀਤੀ ਜਾਂਦੀ ਨੇ ਹਰ ਯੂਟਿਊਬਰ ਨੇ ਵੀਡੀਓ ਪਾਈ ਵੀਡੀਓ ਵਾਇਰਲ ਹੋਈ ਮਗਰ ਰਾਜਪੂਰੇ ਤੱਕ ਪਹੁੰਚਣ ਵਾਸਤੇ ਕਿਸੇ ਨੇ ਉਪਰਾਲਾ ਨਹੀਂ ਕੀਤਾ ਕਿ ਇਹਨਾਂ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਅਸਲ ਵਿੱਚ ਸਾਡਾ ਮਕਸਦ ਹੀ ਹੈ ਵੇ ਕਿ ਕਿਹੇ ਤਰੀਕੇ ਨਾਲ ਕਿਸੇ ਨਾ ਕਿਸੇ ਦੀ ਮਦਦ ਕਰਨ ਵਾਸਤੇ ਅਸੀਂ ਸਭ ਤੋਂ ਪਹਿਲਾਂ ਅੱਗੇ ਕਦਮ ਵਧਾਈਏ ਬڑے ਵੀਰਾਂ ਨੇ ਇੱਕ ਕਮੈਂਟ ਬਹੁਤ ਜ਼ਿਆਦਾ 네ਗੇਟਿਵ ਕੀਤਾ ਜਿਨ੍ਹਾਂ ਨੂੰ ਅਸਲੀਅਤ ਨਹੀਂ ਪਤਾ ਕਿ ਅਸਲੀਅਤ ਚ ਜਿਹੜੀ ਕਾਰਡ ਹੈ ਉਹ ਦਿੱਤੀ ਕਿੰਨੇ ਤੇ ਕਿਹਦੇ ਵੱਲੋਂ ਆਈ ਤੇ ਜਦ ਆਲਰੇਡੀ ਪਹਿਲੇ ਹਿਮਕੁੰਡ ਫਾਊਂਡੇਸ਼ਨ ਵੱਲੋਂ ਆ ਗਈ ਸੀ ਤੇ ਜਰਨੈਲ ਸਿੰਘ ਹੁਨਾਂ ਨੂੰ ਔਰ ਪਿੰਕਾ ਜੀ ਨੂੰ ਦੇਣ ਦੀ ਕੀ ਲੋੜ ਸੀ ਬੜਿਆ ਦੇ ਮੈਸੇਜ ਹੈ ਵਾਇਰਲ ਹੋ ਰਹੇ ਨੇ ਇੱਥੋਂ ਤੱਕ ਕਿ ਜਿਹੜੇ ਆਪਣੇ ਨੂੰ ਬੜੇ ਵੱਡੇ ਵੱਡੇ ਪੰਥ ਦੇ ਬੁੱਧੀਜੀਵੀ ਸਮਝਦੇ ਨੇ ਉਹਨਾਂ ਨੇ ਵੀ ਬੜੇ ਵੱਡੇ ਵੱਡੇ ਲੇਖ ਲਿਖ ਕੇ ਫੇਸਬੁੱਕਾਂ ਦੇ ਉੱਤੇ ਵਾਇਰਲ ਕੀਤੇ ਕਿ ਇੱਕ ਬੱਚੇ ਦੇ ਪਿੱਛੇ ਸਾਰੇ ਲੱਗ ਚੁੱਕੇ ਨੇ ਬੱਚੇ ਦੇ ਪਿੱਛੇ ਸਾਰੇ ਲੱਗੇ ਮਗਰ ਕਿਹਨੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਬੱਚੇ ਨੂੰ ਮਾਦ ਨਾਲ ਕਿਸਮਾ ਮਲਾਇਆ ਜਾਏ ਪਹਿਲੇ ਮੈਂ ਗੱਲ ਕਰਾਂਗਾ ਕਾਟ ਦੀ ਅਸਲ ਵਿੱਚ ਹੇਮਕੁੰਡ ਫਾਊਂਡੇਸ਼ਨ ਨੇ ਜਦੋਂ ਸਭ ਤੋਂ ਪਹਿਲਾਂ ਬੱਚੇ ਨਾਲ ਮੁਲਾਕਾਤ ਕੀਤੀ ਸਭ ਤੋਂ ਨੈਗੇਟਿਵ ਗੱਲ ਜਿਹੜੀ ਕੀਤੀ ਗਈ ਸਰੇ ਆਮ ਕੈਮਰੇ ਦੇ ਸਾਹਮਣੇ 10000 ਰੁਪਏ ਦਿੰਦੇ ਹੋਏ ਵੀਡੀਓ ਵਾਇਰਲ ਕੀਤੀ ਕਿ ਇੱਥੇ ਕੋਈ ਵੀ ਆਏ ਉਹਨੂੰ ਭੁੱਖੇ ਨੂੰ ਖਵਾ ਦੇਣਾ ਲੇਕਿਨ ਜਿਹੜਾ ਬੱਚਾ ਵਾਇਰਲ ਹੁੰਦਾ ਪਿਆ ਸੀ ਦੁਨੀਆ ਵੇਖ ਰਹੀ ਸੀ ਕਿ ਸਾਨੂੰ ਪੈਸੇ ਦੀ ਮਦਦ ਨਹੀਂ ਚਾਹੀਦੀ ਉਸੇ ਬੱਚੇ ਦੇ ਹੱਥ ਪੈਸੇ ਫੜਾ ਕੇ ਹਮਕਨ ਫਾਊਂਡੇਸ਼ਨ ਦੇ ਵਾਇਰਲ ਕੀਤੀ ਉਸ ਤੋਂ ਬਾਅਦ ਉਨੇ ਉਤੇ ਇੱਕ ਅਨਾਉਂਸ ਕੀਤੀ ਕਿ ਅਸੀਂ ਤੈਨੂੰ ਬੇਟਾ ਨਵੀਂ ਕਾਰਡ ਲੈ ਕੇ ਦੇਵਾਂਗੇ ਜਿਹਦੇ ਤੇ ਕੀ ਆਲਰੇਡੀ ਤਿਲਕਨਗਰ ਦਾ ਵਿਧਾਇਕ ਜਰਨੈਲ ਸਿੰਘ ਵੀ ਇਸ ਚੀਜ਼ ਨੂੰ ਕਹਿ ਚੁੱਕਿਆ ਸੀ ਕਿ ਅਸੀਂ ਤੈਨੂੰ ਕਾਰਡ ਲੈ ਕੇ ਦੇਵਾਂਗੇ ਔਰ ਇੱਥੋਂ ਤੱਕ ਕਿ ਜਿਸ ਤਰ੍ਹਾਂ ਇਸ ਕੇਸ ਨੂੰ ਮੈਂ ਸਾਰਾ ਵੇਖਦਾ ਪਿਆ ਕਾਰਡ ਦਾ ਆਰਡਰ ਪਹਿਲੇ ਦੇ ਦਿੱਤਾ ਹੋਇਆ ਸੀ ਮਗਰ ਹੇਮਕੁੰਡ ਫਾਊਂਡੇਸ਼ਨ ਵਾਲੇ ਨੂੰ ਇਹ ਹਜਮ ਨਹੀਂ ਹੋਇਆ ਕਿ ਤਿਲਕਨਗਰ ਦੀ ਸੰਗਤ ਉਸ ਬੱਚੇ ਨੂੰ ਕਾਰਡ ਕਿਉਂ ਲੈ ਕੇ ਦੇਦੀ ਹੈ ਮੇਰੇ ਕੋਲ ਇਸ ਗੱਲ ਦਾ ਪ੍ਰੂਫ ਹੈ ਜਿਸ ਕਿਸੇ ਨੂੰ ਸ਼ੱਕ ਹੋਵੇ ਉਹ ਮੇਰੇ ਨਾਲ ਕੰਟੈਕਟ ਕਰਕੇ ਇਸ ਗੱਲ ਦਾ ਪ੍ਰੂਫ ਲੈ ਸਕਦਾ ਹੈ ਕਿ ਹੈਮਕੁਨ ਫਾਊਂਡੇਸ਼ਨ ਨੇ ਜਦੋਂ ਜਿੱਥੋਂ ਕਾਰਡ ਬੰਦੀ ਪਈ ਸੀ ਸਾਡੇ ਤਿਲਕਨਗਰ ਦੀ ਸੰਗਤ ਵੱਲੋਂ ਉਸ ਕਾਰਡ ਵਾਲੇ ਨੂੰ ਹੀ ਫੋਨ ਕੀਤਾ ਕਿ ਭਾਈ ਇਸ ਮੈਨੂੰ ਇੱਕ ਕਾਰਡ ਚਾਹੀਦੀ ਹੈ ਇੱਕ ਦਿਨ ਦੇ ਵਿੱਚ ਹੀ ਕਿ ਮੈਂ ਵਾਇਰਲ ਜਸਪ੍ਰੀਤ ਸਿੰਘ ਨੂੰ ਕਾਰਡ ਦੇਣੀ ਹੈ ਉਸ ਸਖਸ਼ ਨੇ ਇਹ ਗੱਲ ਕਹੀ ਉਸ ਨੂੰ ਕਿ ਭਾਈ ਸਾਹਿਬ ਆਲਰੇਡੀ ਜਸਪ੍ਰੀਤ ਵਾਸਤੇ ਕਾਰਡ ਤਿਆਰ ਹੋ ਚੁੱਕੀ ਹੈ ਔਰ ਸੰਡੇ ਨੂੰ ਸੀ ਡਿਲੀਵਰੀ ਦੇਣੀ ਹੈ ਮਗਰ ਨਹੀਂ ਅਗਰ ਕਾਰਡ ਕਿਸੇ ਹੋਰ ਦੀ ਪਹਿਲਾਂ ਆ ਜਾਂਦੀ ਤੇ ਹੇਮਕੁੰਡ ਫਾਊਂਡੇਸ਼ਨ ਨੂੰ ਵਾਹਵਾਹੀ ਕਿਸ ਤਰ੍ਹਾਂ ਮਿਲਦੀ ਉਸੇ ਵਾਹਵਾਹੀ ਦੇ ਚੱਕਰ 'ਚ ਉਸਨੇ ਉਸਨੂੰ ਜਵਾਬ ਦਿੱਤਾ ਕਿ ਤੇਰੇ ਕੋਲ ਭਈ ਕਾਰਡ ਨਹੀਂ ਹੈ ਤੇ ਕੋਈ ਗੱਲ ਨਹੀਂ ਮੈਂ ਕਿਤੇ ਹੋਰ ਪਰਚੇਜ਼ ਕਰਕੇ ਅੱਜ ਹੀ ਦੇਣੀ ਹੈ ਤੇ ਅੱਜ ਹੀ ਵੀਡੀਓ ਵਾਇਰਲ ਕਰਨੀ ਹੈ ਸੰਗਤ ਜੀ ਮੈਨੂੰ ਕਹਿਣ ਦੀ ਲੋੜ ਨਹੀਂ ਉਹੀ ਕਾਰਡ ਅੱਜ ਜਸਪ੍ਰੀਤ ਦੇ ਕਾਊਂਟਰ ਦੇ ਉੱਤੇ ਇੱਕ ਕੋਨੇ ਦੇ ਉੱਤੇ ਖੜੀ ਹੈ ਜਿੰਨੂੰ ਕੋਈ ਪੁੱਛ ਨਹੀਂ ਰਿਹਾ ਹੈਰਾਨੀ ਦੀ ਗੱਲ ਕਿ ਸੰਗਤ ਵੱਲੋਂ ਪੈਸਾ ਇਕੱਠਾ ਕੀਤਾ ਗਿਆ ਜਿਹੜੀਆਂ ਸੰਗਤਾਂ ਹਿਮਕੁਣ ਫਾਊਂਡੇਸ਼ਨ ਨੂੰ ਫੰਡ ਦਿੰਦੀਆਂ ਉਹ ਪੈਸੇ ਨੂੰ ਇੱਕ ਕੋਨੇ ਦੇ ਉੱਤੇ ਇੱਕ ਖੰਭੇ ਦੇ ਨਾਲ ਬੰਨ ਕੇ ਰੱਖ ਦਿੱਤਾ ਗਿਆ ਜਿਹੜਾ ਕਿ ਕਿਸੇ ਹੋਰ ਦੀ ਵੀ ਮਦਦ ਹੋ ਸਕਦੀ ਸੀ ਦੂਸਰੀ ਕਾਰਡ ਸਾਰੀਆਂ ਸੰਗਤਾਂ ਨੇ ਵੇਖੀ ਸੰਗਤਾਂ ਦੇ ਕਮੈਂਟ ਆਏ ਕਈਆਂ ਦੇ ਬੁੱਧੀਜੀਵਿਆਂ ਦੇ ਕਿ ਜਾਂ ਦੇਖ ਕੇ ਸੀ ਤੇ ਦੂਸਰੀ ਕਿ ਉਹ ਦਿੱਤੀ ਦੂਸਰੀ ਇਸੇ ਕਰਕੇ ਆਈ ਮੇਰੇ ਭਰਾਵੋ ਕਿਉਂਕਿ ਆਲਰੇਡੀ ਆਰਡਰ ਦਿੱਤਾ ਹੋਇਆ ਸੀ ਕਾਰਡ ਬਣ ਕੇ ਤਿਆਰ ਹੋ ਚੁੱਕੇ ਸੀ ਸੋਸ਼ਲ ਮੀਡੀਆ ਦੀ ਪਾਵਰ ਵੀ ਬਹੁਤ ਹੈ ਸੋਸ਼ਲ ਮੀਡੀਆ ਵਿੱਚ ਇੱਕ 네ਗੇਟਿਵ ਪੁਆਇੰਟ ਵੀ ਬੜਾ ਕਿ ਬਿਨਾ ਸੋਚੇ ਸਮਝੇ ਕਈ ਲੋਕ ਘਰ ਬੈਠੇ ਸਿਰਫ ਖਿੱਚਾ ਤਾਣੀ ਕਰਨ ਵਾਸਤੇ ਤਿਆਰ ਰਹਿੰਦੇ ਨੇ ਕਿਉਂ ਕਿਉਂਕਿ ਉਹ ਕਹੇ ਦੀ ਚੜ੍ਹਦੀ ਕਲਾ ਨਹੀਂ ਦੇਖ ਸਕਤੇ ਉਹਨਾਂ ਨੂੰ ਇਹ ਹਜਮ ਨਹੀਂ ਹੋ ਰਿਹਾ ਕਿ ਹਰਮੇਸ਼ ਸਿੰਘ ਪਿੰਕਾ ਨੇ ਇਹ ਉਪਰਾਲਾ ਇੰਨੀ ਜਲਦੀ ਕਿਸ ਤਰ੍ਹਾਂ ਹੱਲ ਕਰ ਦਿੱਤਾ ਕਿਉਂ ਰਾਜਪੁਰੇ ਗਿਆ ਕਿਉਂ ਉਹਦੀ ਮਾਂ ਨੂੰ ਲੈ ਕੇ ਆਇਆ ਕਿਉਂ ਇੱਥੇ ਆ ਕੇ ਉਹਨੇ ਉਹਦਾ ਮਿਲਾਪ ਕਰਾ ਦਿੱਤਾ ਉਹ ਚੀਜ਼ ਕਈਆਂ ਦੇ ਪੇਟ ਤੇ ਪਚ ਨਹੀਂ ਰਹੀ ਜਿੱਥੇ ਕਈਆਂ ਦੇ ਪੇਟ ਤੇ ਨਹੀਂ ਪਚ ਰਹੀ ਤੇ ਉੱਥੇ ਹੀ ਉਹ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਮਾਂ ਨੂੰ ਪਿਆਰ ਕਰਨ ਵਾਲੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ ਸਾਨੂੰ ਅਸੀਸਾਂ ਵੀ ਦੇ ਰਹੇ ਨੇ ਮੈਂ ਸਿਰਫ ਇਹਦੇ 'ਚ ਬਿਆਨ ਕਰਨਾ ਚਾਹੁੰਦਾ ਸੀ ਇਹ ਹੀ ਗੱਲ वीर कि ਜਿਹੜੀ ਕਾਰਡ ਦੇ ਵਿੱਚ ਕਈ ਲੋਕਾਂ ਨੇ ਵੀਰ ਵੀਰਾਂ ਨੇ ਮੈਸੇਜ ਕੀਤੇ ਨੇ ਕਿ ਜਦ ਆਲਰੇਡੀ ਪਹਿਲੇ ਕਾਰਡ ਸੀ ਤੇ ਦੁਬਾਰਾ ਕਰ ਦਿੱਤੀ ਅਸਲੀਅਤ ਤੁਹਾਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰਿਵਾਰ ਇਕਜਟ ਹੋ ਚੁੱਕਿਆ ਹੈ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਦੇ ਚਰਨਾਂ 'ਚ ਅਰਦਾਸ ਹੈ ਤੇ ਸੰਗਤ ਨੂੰ ਬੇਨਤੀ ਕਰਾਂਗਾ ਵੱਧ ਤੋਂ ਵੱਧ ਜੇ ਪਿਆਰ ਕਰਦੇ ਇਨਸਾਨਾਂ ਦੇ ਨਾਲ ਤੇ ਅਸੀਂ ਅਰਦਾਸ ਕਰੇ ਕਿ ਜਿਹੜੇ ਪਰਿਵਾਰ ਨੂੰ ਇਕਜਟ ਕਰਨ ਵਾਸਤੇ ਅਸੀਂ ਇੰਨੀ ਮਿਹਨਤ ਕੀਤੀ ਹੈ ਉਹ ਪਰਿਵਾਰ ਦਾ ਤਮਾਸ਼ਾ ਹੁਣ ਸੋਸ਼ਲ ਮੀਡੀਆ ਤੇ ਦੁਬਾਰਾ ਨਾ ਬਣੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ